ਇਨਸ਼ਾਅੱਲਾ ਸਾਡੇ ਕੋਲ ਜਾਨਵਰ 22 ਗਾਵਾਂ ਨੇ ਸਾਡੇ ਕੋਲ, ਜਿਨ੍ਹਾਂ 'ਚੋਂ ਸਾਡੀਆਂ 11 ਗਾਵਾਂ ਸੂਈਆਂ ਨੇ ਜੀ। ਠੀਕ ਹੈ ਠੀਕ ਹੈ, 12 ਗਾਵਾਂ ਸਾਡੀਆਂ ਸੂਣ ਵਾਲੀਆਂ ਨੇ। ਮੋਹਤਰਮ, ਅਸੀਂ ਡੰਗਰ ਦਾ ਨਾ ਇਹਦਾ ਵੇਟ ਦਾ ਹਿਸਾਬ ਲਾਉਂਦੇ ਹਾਂ, ਤਾਕਤ ਬਹੁਤ ਜ਼ਿਆਦਾ ਰੱਖਦੇ ਨੇ, ਔਰ ਡੰਗਰ ਵੀ ਇਹਦੇ ਨਾਲ ਬੜਾ ਛੇਤੀ ਫਰਬਾ ਦੁੱਧ ਵਾਲਿਆਂ ਨੂੰ, ਅਤੇ ਆਪਣਾ ਜਿਹੜਾ ਪ੍ਰੈਗਨੈਂਟ ਹੋਣ ਵਾਲੇ ਡੰਗਰ ਨੇ ਜਿਹੜੇ ਨਹੀਂ ਜਲਦੀ ਹੁੰਦੇ, ਇਹਨਾਂ ਦਾ ਜਲਦੀ ਹੋ ਜਾਂਦੇ ਨੇ। ਇਹਦਾ ਅੱਛਾ ਤਰੀਕਾਕਾਰ ਸਭ ਨਾਲੋਂ ਜਿਹੜਾ ਨਾ ਗਾਈਡ ਸਾਨੂੰ ਯੂਟਿਊਬ ਕਰਦੀ ਪਈ ਹੈ ਜੀ। ਇਸ ਤਰ੍ਹਾਂ ਅਸੀਂ ਬਾਜ਼ਾਰ ਜਾਂਦੇ ਹਾਂ ਅਤੇ ਅਸੀਂ ਉੱਥੋਂ 3 ਕਿਲੋ ਦਾ ਮਤੀਰਾ ਲੈਂਦੇ ਹਾਂ, ਤਰਬੂਜ਼ ਲੈਂਦੇ ਹਾਂ, ਉਹਨੂੰ ਖਾ ਲੈਂਦੇ ਹਾਂ, ਘਰ ਤੱਕ ਆਉਂਦੇ ਸਾਨੂੰ ਫਿਰ ਭੁੱਖ ਲੱਗ ਜਾਂਦੀ ਹੈ। ਗੋਸ਼ਤ ਦੀ ਜਗ੍ਹਾ ਤੋਂ ਇੱਕ ਨੀਲੀ ਗਾਰ ਮਿਲੀ ਸੀ, ਨੀਲੀ ਗਾਰ ਜਿਵੇਂ ਅਸੀਂ ਆਪਣੇ ਗਟਰ ਵਗੈਰਾ ਸਾਫ ਕਰਾਉਂਦੇ ਹਾਂ ਅਤੇ ਉਹ ਵਿੱਚੋਂ ਨੀਲੀ ਗੰਦੀ ਗਾਰ ਨਿਕਲਦੀ, ਇਸ ਤਰ੍ਹਾਂ ਦੀ ਗਾਰ ਨਿਕਲੀ ਸੀ। ਅਗਰ ਜਿਹੜੇ ਸਾਹਿਬਾਨ ਬਿਲਕੁਲ ਸੈਲਜ ਹੀ ਦੇ ਰਹੇ ਨੇ ਉਹ ਕੋਸ਼ਿਸ਼ ਕਰਨ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਰਹਿਮਤੁਲਾਹਿ ਵਬਰਕਾਤੁ। ਸਰ ਕੀ ਹਾਲ ਹੈ ਜੀ? ਖੈਰੀਅਤ ਠੀਕ ਠਾਕ? ਅਲਹਮਦੁਲਿਲਾ, ਅੱਲਾਹ ਪਾਕ ਦੇ ਸਾਹਮਣੇ। ਅੱਛਾ ਸ਼ਾਹ ਸਾਹਿਬ, ਇਹ ਦੱਸੋ ਕਿ ਆਪਣੇ ਇਸ ਫਾਰਮ ਦਾ ਟੋਟਲ ਰਕਬਾ ਕਿੰਨਾ ਹੈ? 1.5 ਏਕੜ। ਤੁਸੀਂ ਇਹ ਦੱਸੋ ਕਿ ਇੱਥੇ ਆਪਣੇ ਕੋਲ ਜਾਨਵਰ ਕਿੰਨੇ ਹੈਗਾ ਫਾਰਮ ਤੇ? ਤਕਰੀਬਨ ਮਾਸ਼ਾਅੱਲਾ ਸਾਡੇ ਕੋਲ ਜਾਨਵਰ 22 ਗਾਵਾਂ ਨੇ ਸਾਡੇ ਕੋਲ, ਜਿਨ੍ਹਾਂ 'ਚੋਂ ਸਾਡੀਆਂ 11 ਗਾਵਾਂ ਸੂਈਆਂ ਨੇ ਜੀ। ਠੀਕ ਹੈ ਠੀਕ ਹੈ, 12 ਗਾਵਾਂ ਸਾਡੀਆਂ ਸੂਣ ਵਾਲੀਆਂ ਨੇ। ਸਹੀ ਹੈ। ਅਤੇ ਜਿਹਦੇ ਵਿੱਚੋਂ ਸਾਡੇ ਕੋਲ 30 ਜਿਹੜਾ ਨਾ ਆਪਣੇ ਕੋਲ ਹੀਫਰ ਬੱਛੀਆਂ ਖੜੀਆਂ ਨੇ ਜੀ। ਠੀਕ ਹੈ। ਜਿਨ੍ਹਾਂ ਦੇ ਵਿੱਚ ਸਾਡੇ ਕੋਲ 1 ਵੱਡਾ ਬੋਲਫ ਹੈ। ਸਹੀ ਹੈ। ਅਤੇ 7 ਹੈਗੇ ਨੇ ਦੂਸਰੇ। ਠੀਕ। ਛੋਟੇ ਬੋਲਫ। ਸਹੀ ਹੋ ਗਏ, ਯਾਨੀ ਕਿ ਟੋਟਲ ਇਹ ਕਿੰਨੇ ਹੋ ਗਏ? ਟੋਟਲ ਇਹ ਹੋ ਗਿਆ ਜੀ ਆਪਣੇ ਕੋਲ 50 ਜਾਨਵਰ ਹੋ ਗਏ ਮਾਸ਼ਾਅੱਲਾ। ਅੱਛਾ ਸ਼ਾਹ ਸਾਹਿਬ, ਇਹ ਦੱਸੋ ਕਿ ਆਪਣੇ ਕੋਲ ਇਸ ਟਾਈਮ 50 ਜਾਨਵਰ ਹੈ ਜੀ। ਸਰ 50 ਜਾਨਵਰਾਂ ਦਾ ਜਿਹੜਾ ਨਾ ਸਬਜ਼ ਚਾਰਾ ਕਿੰਨਾ ਕੁ ਕਾਸ਼ਤ ਕਰ ਰਹੇ ਹੋ? ਮੋਹਤਰਮ, ਅਸੀਂ ਡੰਗਰ ਦਾ ਨਾ ਇਹਦਾ ਵੇਟ ਦਾ ਹਿਸਾਬ ਲਾਉਂਦੇ ਹਾਂ। ਅੱਛਾ ਜੀ। ਸਾਨੂੰ 5 ਮਣ ਦੇ ਡੰਗਰ ਨੂੰ ਇੱਕ ਟਾਈਮ ਦਾ ਉਹਨੂੰ ਚਾਰਾ ਜਿਹੜਾ ਨਾ ਸਾਨੂੰ ਦਿਹਾੜੇ 'ਚ 12 ਘੰਟੇ ਚਾਹੀਦਾ ਜੀ 1 ਮਣ। ਸਹੀ ਹੈ। ਬਾਕੀ ਡਰਾਈ ਮੈਟਰ ਖੁਸ਼ ਖੁਰਾਕ ਹੈ ਜੀ। ਸਹੀ ਹੈ। ਉਹ ਜਿੰਨਾ ਖਾ ਸਕਣ ਜੀ ਉਹ ਖਾਂਦੇ ਨੇ ਜੀ। ਠੀਕ ਹੋ ਗਿਆ। ਤੁਸੀਂ ਸਬਜ਼ ਚਾਰੇ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ 1 ਮਣ 12 ਘੰਟੇ ਹੀ ਦਿੱਤਾ ਜਾਵੇ ਜੀ। 1 ਘੰਟੇ ਦੇ ਵਿੱਚ 12 ਮਣ ਦਿੱਤਾ ਜਾਵੇ? 1 ਘੰਟੇ ਦੇ, ਇੱਕ ਦਿਨ 'ਚ 12 ਘੰਟਿਆਂ ਦੇ ਵਿੱਚ 1 ਮਣ ਸਬਜ਼ ਚਾਰਾ ਦਿੱਤਾ ਜਾਵੇ। ਸਬਜ਼ ਚਾਰਾ ਦਿੱਤਾ ਜਾਵੇ, ਠੀਕ ਹੋ ਗਿਆ। ਅੱਛਾ, ਸਬਜ਼ ਚਾਰੇ ਦੇ ਵਿੱਚ ਤੁਸੀਂ ਸਾਇਲੇਜ ਵੀ ਇਸਤੇਮਾਲ ਕਰ ਰਹੇ ਹੋ ਜਾਂ ਨਹੀਂ? ਸਬਜ਼ ਚਾਰੇ ਦੇ ਵਿੱਚ ਅਸੀਂ ਰੋਡ ਗ੍ਰਾਸ ਇਸਤੇਮਾਲ ਕਰ ਰਹੇ ਹਾਂ। ਸਹੀ ਹੈ। ਮੱਕੀ ਕਰ ਰਹੇ ਹਾਂ ਜੀ। ਠੀਕ ਹੈ। ਹਾਂ, ਅਤੇ ਮੁਬਾਸਾ ਕਰਦੇ। ਸਾਇਲੇਜ ਕਿੰਨਾ ਬਣਾਉਂਦੇ ਹੋ ਜਾਂ ਬਣਾਉਂਦੇ ਹੀ ਨਹੀਂ? ਸਾਇਲੇਜ ਸਾਡੇ ਕੋਲ ਜੀ ਹੁਣ ਅਸੀਂ ਸਟਾਕ ਕੀਤਾ ਜੀ ਸਾਇਲੇਜ, ਮਾਸ਼ਾਅੱਲਾ ਅਸੀਂ ਦਸੰਬਰ ਦੇ ਵਿੱਚ ਸ਼ੁਰੂ ਕਰ ਦੇਣਾ ਜੀ। ਠੀਕ ਹੋ ਗਿਆ ਜੀ। ਅੱਛਾ, ਸਾਇਲੇਜ ਕਿੰਨਾ ਇੱਕ ਜਾਨਵਰ ਨੂੰ ਇਸਤੇਮਾਲ ਕਰਦੇ ਹੋ? ਸਾਇਲੇਜ ਜਦੋਂ ਸਟਾਰਟਿੰਗ ਕਰਦਾ ਨਾ ਡੰਗਰ, ਇੱਕ ਡੰਗਰ ਕੋਈ 35 ਸਿਰ ਜਿਹੜਾ ਨਾ ਆਪਣਾ 12 ਘੰਟਿਆਂ 'ਚ ਖਾ ਲੈਂਦਾ। ਠੀਕ ਹੋ ਗਿਆ। ਲੇਕਿਨ ਜਿਸ ਤਰ੍ਹਾਂ ਆਪਣਾ ਡੰਗਰ ਦੇ ਕਮਿਊਨਿਟੀ ਬਣਾ ਜਾਂਦਾ ਹੈ, ਤਕਰੀਬਨ ਇਹ 25 ਸਿਰ 'ਤੇ ਆ ਜਾਂਦਾ ਜੀ ਇੱਕ ਡੰਗਰ, ਇਸ ਤੋਂ ਜ਼ਿਆਦਾ ਨਹੀਂ ਖਾ ਸਕਦਾ। ਇਸ ਤੋਂ ਜ਼ਿਆਦਾ ਨਹੀਂ ਖਾ ਸਕਦਾ। ਅੱਛਾ, ਸਾਇਲੇਜ ਜ਼ਿਆਦਾ ਇਸਤੇਮਾਲ ਕਰਨ ਦੇ ਸਾਈਡ ਇਫੈਕਟ ਵੀ ਹੁੰਦੇ ਜਾਨਵਰਾਂ ਦੇ? ਜੀ ਸਰ, ਹੁੰਦੇ ਨੇ। ਕੀ ਹੁੰਦਾ ਸਾਈਡ ਇਫੈਕਟ ਸਾਇਲੇਜ ਦਾ? ਸਾਈਡ ਇਫੈਕਟ ਸਾਇਲੇਜ, ਇੱਕ ਤਾਂ ਹਜ਼ਮ ਸ਼ੁਦਾ ਖੁਰਾਕ। ਸਹੀ। ਜਿਸ ਤਰ੍ਹਾਂ ਅਸੀਂ ਬਾਜ਼ਾਰ ਜਾਂਦੇ ਹਾਂ ਅਤੇ ਅਸੀਂ ਉੱਥੋਂ 3 ਕਿਲੋ ਦਾ ਮਤੀਰਾ ਲੈਂਦੇ ਹਾਂ, ਤਰਬੂਜ਼ ਲੈਂਦੇ ਹਾਂ, ਉਹਨੂੰ ਖਾ ਲੈਂਦੇ ਹਾਂ, ਘਰ ਤੱਕ ਆਉਂਦੇ ਸਾਨੂੰ ਫਿਰ ਭੁੱਖ ਲੱਗ ਜਾਂਦੀ ਹੈ। ਸਹੀ ਹੈ। ਮਿਲਾਉਣ ਵਾਟਰ, ਯਾਨੀ ਕਿ ਉਹ ਹਜ਼ਮ ਹੋ ਗਿਆ ਵਿੱਚ ਜਾ ਕੇ, ਮਿਕਸ ਹੋ ਗਿਆ। ਹਾਂਜੀ। ਉਹਨੇ ਤਾਕਤ ਦੇਣੀ ਸੀ, ਜਿਹੜੀ ਸ਼ਾਇਦ ਦੇਣੀ ਸੀ ਦੇਤੀ, ਉਹ ਗਿਆ, ਫਰਕ ਹੋ ਗਿਆ। ਸੈਲਜ ਵੀ ਇਸ ਤਰ੍ਹਾਂ ਇੱਕ ਅਸੀਂ ਜਿਹੜਾ ਸਟਾਕ ਕਰ ਲੈਂਦੇ, ਇੱਕ ਹਜ਼ਮ ਸ਼ੁਦਾ ਖੁਰਾਕ ਹੈ, ਡੰਗਰ ਖਾਂਦਾ, ਖਾ ਕੇ ਜਿਹੜੀ ਤਾਕਤ, ਜਿਹੜਾ ਦੁੱਧ ਬਣਾਉਣਾ, ਜੋ ਵੀ ਬਣਾਉਣਾ ਉਹਨੇ, ਜੋ ਵੀ ਜਿਸਮ ਨੂੰ ਚਾਹੀਦਾ ਉਹਨੇ ਦੇ ਕੇ, ਅਤੇ ਉਹ ਫੌਰੀ ਡੰਗਰ ਸੈਲਜ ਖਾਣ ਵਾਲੇ ਤੁਸੀਂ ਪਿੱਛੇ ਵੇਖੋਗੇ ਛੋਟੀ ਛੋਟੀ ਫੋਸੀ ਹੋਏਗੀ, ਔਰ ਮਤਵਾਤਰ ਕਰਦਾ ਹੀ ਰਹੇਗਾ, ਉਹਦਾ ਕੋਈ ਟਾਈਮ ਨਾ ਹੋਏਗਾ ਵੀ ਇਹ ਉੱਠਿਆ ਅਤੇ ਹੁਣ ਬਹੁਤ ਜ਼ਿਆਦਾ ਫੋਸ ਕਰੇਗਾ। ਸਹੀ ਹੈ। ਇਸ ਤੋਂ ਜ਼ਿਆਦਾ ਵੀ ਫੋਸੀ ਨਾ ਹੋਏਗੀ। ਸਹੀ ਹੈ। ਉਹਦੀ ਵਜ੍ਹਾ ਹੈ ਕਿ ਉਹ ਹਜ਼ਮ ਹੁੰਦਾ ਹੈ, ਉਹ ਤੁਰਦਾ ਹੀ ਰਹਿੰਦਾ ਹੈ। ਠੀਕ ਹੋ ਗਿਆ। ਇਹਦਾ ਸਾਈਡ ਇਫੈਕਟ ਇਹ ਆ, ਪਿਛਲਾ ਹਿੱਸਾ ਹੀ ਗਾਲ ਦਿੰਦਾ ਡੰਗਰ ਦਾ, ਜ਼ਿਆਦਾ ਇਸਤੇਮਾਲ ਕੀਤਾ ਜਾਵੇ ਜੀ। ਅਡਰ ਤੋਂ ਉੱਤੇ ਜਿਹੜੀ ਜਗ੍ਹਾ ਚੂਕਣਿਆਂ ਦੇ ਵਿੱਚ ਪੂਛ ਵਾਲੀ, ਇਹ ਜਗ੍ਹਾ, ਇਹਦੇ ਵਿੱਚ ਆ ਕੇ ਅਕਸਰ ਡੰਗਰ ਜਿਹੜਾ ਨਾ, ਜਦੋਂ ਇਹਨਾਂ ਨੂੰ ਅਸੀਂ ਯੂਰੀਆ ਵਗੈਰਾ ਖਾਦ ਦੀ ਸਪਰੇਅ ਕਰਨੇ ਆ ਨਾ, ਅਤੇ ਸੈਲਜ ਤਿਆਰ ਕਰਨੇ ਆ ਜੀ, ਜ਼ਿਆਦਾ ਹੀਟ ਦੇਣ ਵਾਸਤੇ, ਦੁੱਧ ਲੈਣ ਵਾਸਤੇ, ਅਕਸਰ ਕਹਿੰਦੇ ਨੇ ਜੀ ਇਹ ਸਿਰਫ ਮੱਕੀ ਗਾਲੇਗਾ, ਮੱਕੀ ਨੂੰ ਹੀ ਇਹ ਪ੍ਰੈਸ ਕਰਦਾ, ਨਹੀਂ, ਲੇਕਿਨ ਉਹ ਡੰਗਰ ਦੇ ਵਿੱਚ ਆ ਰਹੀ ਹੈ। ਅਗਰ ਜਦੋਂ ਡੰਗਰ ਬੈਠਦੇ ਨੇ, ਪਿਛਲੀ ਵਾਰੀ ਡੰਗਰ ਬਹੁਤ ਜ਼ਿਆਦਾ ਬੈਠਿਆ। ਸਹੀ ਹੈ। ਅਗਰ ਅਸੀਂ ਉਹਨਾਂ ਦਾ ਆਪਰੇਸ਼ਨ ਕਰਕੇ ਵੇਖਣੇ, ਪਿਛਲੇ ਹਿੱਸੇ ਉਹਨਾਂ ਦੇ ਗਲੇ ਸੀ, ਉਹਨਾਂ ਦੇ ਮੇਦੇ ਦੇ ਵਿੱਚੋਂ ਗੋਬਰ ਨਹੀਂ, ਗੋਸ਼ਤ ਦੀ ਜਗ੍ਹਾ ਤੋਂ ਇੱਕ ਨੀਲੀ ਗਾਰ ਮਿਲੀ ਸੀ, ਨੀਲੀ ਗਾਰ ਜਿਵੇਂ ਅਸੀਂ ਆਪਣੇ ਗਟਰ ਵਗੈਰਾ ਸਾਫ ਕਰਾਉਂਦੇ ਹਾਂ ਅਤੇ ਉਹ ਵਿੱਚੋਂ ਨੀਲੀ ਗੰਦੀ ਗਾਰ ਨਿਕਲਦੀ, ਇਸ ਤਰ੍ਹਾਂ ਦੀ ਗਾਰ ਨਿਕਲੀ ਸੀ, ਇਸ ਤਰੀਕੇ ਨਾਲ ਡੰਗਰ ਗਾਲ ਜਾਂਦਾ। ਸਹੀ। ਅਤੇ ਇਹਦੇ ਵਾਸਤੇ ਬਿਹਤਰੀਨ ਇਹ ਵੀ ਤੁਸੀਂ ਸੈਲਜ ਦਿਓ ਅਤੇ ਸਬਜ਼ ਚਾਰਾ ਜ਼ਰੂਰ ਦਿਓ, ਇਹ ਇੱਕ ਨੈਚੁਰਲ ਗਿਜ਼ਾ ਹੈ।
सही है, एक नैचुरल गज़ा है, नैचुरल गज़ा जरूर दो, ड्राई मैटर च दो सब्ज चारा, सही है, यानू सब्ज दो, ठीक हो गया। यानी कि ये जड़ा साडे फार्मर जड़ा ना मसलन पिछले 2-3 साल दे विच ना बहुत ज्यादा साइलेज वाले हो गए, और ओदे च एक चीज दूध लेना तो ठीक सीगा ही सीगा, लेकिन ज्यादा जड़ा ना फार्मर सहूलत पसंद भी हो गया सी कि साइलेज सिटिया जान छुट गई, चारा कौन एडा जना वड्डे ते कौन जने ना पावे, ठीक है। इन्हां दा हुण बेहतरीन हल की है, ऑप्शन की है कि साइलेज और चारा दोनों होना चाहिए या साइलेज बिल्कुल ही छड़ दिता जाए? अच्छा, साइलेज का कोई ऑपोजिट कोई नहीं है, मुतबादल कुछ? सर जी एदा ऑपोजिट सैलेज दा, सैलेज एक तुहानू दस्सिया भी हजमशुदा खुराक है, बहुत अच्छी, लेकिन एदे वास्ते नाल अगर डंगरां नू बाईपास फैट वगैरह दित्ती जावे, सही, जिहड़ी डायरेक्ट जाके जिसम नू लगे वो कंट्रोल रखदी है। अगर जिहड़े साहिबान बिल्कुल सैलेज ही दे रहे ने, वो कोशिश करन ग्लूकोज वगैरह, इस मौसम दे विच ग्लूकोज तो नहीं चलना जी जी, ते बाईपास फैट वगैरह हो गई, मलट्ठी वगैरह हो गई, इस तरह दीआं चीज़ां जिहड़ा ना उन्हां नू इस्तेमाल करान हर 15 दिन बाद। सर्दी के चाहिए कि डंगर एक बार मसाला जरूर दे। शाह साहब बहुत शुक्रिया जी, अल्लाह ताला तुहानू खुश रखे, जज़ाए खैर अता फरमाए। अस्सलामु अलैकुम। वालेकुम अस्सलाम रहमतुल्लाहि व बरकातुहू।